ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ। ਜਦੋਂ ਇਨਸਾਨ ਇਨਸਾਨੀਅਤ ਭੁੱਲ ਜਾਂਦਾ ਹੈ ਤਾਂ ਜਾਨਵਰ ਇਨਸਾਨੀਅਤ ਦਿਖਾਉਣ ਲੱਗ ਜਾਂਦੇ ਨੇ। ਆਏ ਦਿਨ ਰੂਹ ਨੂੰ ਕੰਬਾ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹੀ ਘਟਨਾ ਉੱਤਰੀ ਪੂਰਬੀ ਥਾਈਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪਿੰਗ ਪੋਂਗ ਨਾਮ ਦਾ ਕੁੱਤਾ ਪਿੰਡ ਵਾਸੀਆਂ ਦੀ ਨਜ਼ਰ ਵਿੱਚ ਉਦੋਂ ਹੀਰੋ ਬਣ ਗਿਆ ਜਦੋਂ ਉਸਨੇ ਇੱਕ ਨਵ ਜਨਮੇ ਬੱਚੇ ਦੀ ਜਾਨ ਬਚਾ ਲਈ। ਜੀ ਹਾਂ, ਇੱਕ 15 ਸਾਲ ਦੀ ਨਾਬਾਲਿਗ ਲੜਕੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਡਰ ਤੋਂ ਉਸ ਬੱਚੇ ਨੂੰ ਦਫਨਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਪਿੰਡ ਵਿੱਚ ਰਹਿੰਦਾ ਇਹ ਪਿੰਗ ਪੋਂਗ ਨਾਮ ਦਾ ਕੁੱਤਾ ਸੁੰਘਦਾ ਸੁੰਘਦਾ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਤੇ ਮਿੱਟੀ ਪੁੱਟ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਜਦੋਂ ਕੁੱਤੇ ਦਾ ਮਾਲਿਕ ਉਸ ਜਗ੍ਹਾ ਤੇ ਪਹੁੰਚਦਾ ਹੈ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਹ ਬੱਚੇ ਨੂੰ ਬਾਹਰ ਕਢਵਾ ਲੈਂਦਾ ਹੈ। ਇਸ ਸੰਬੰਧੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਇੱਕ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਬੱਚੀ ਦੁਕਾਨ ਤੇ ਬਹੁਤ ਸਾਰੇ ਸੈਨੇਟਰੀ ਟਾਵਲ ਖਰੀਦਣ ਆਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ। ਇਸ ਸਾਰੇ ਮਾਮਲੇ ਤੋਂ ਬਾਅਦ ਨਵਜਨਮੇ ਬੱਚੇ ਨੂੰ ਪੁਲਿਸ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਉਧਰ ਬੱਚੇ ਨੂੰ ਬਚਾਉਣ ਵਾਲੇ ਪਿੰਗ ਪੋਂਗ ਤੇ ਪਿੰਡ ਵਾਲੇ ਮਾਣ ਮਹਿਸੂਸ ਕਰ ਰਹੇ ਨੇ। ਉਸਦੇ ਮਾਲਕ ਦਾ ਕਹਿਣਾ ਹੈ ਕਿ ਪਿੰਗ ਪੋਂਗ ਇੱਕ ਸਮਝਦਾਰ ਤੇ ਆਗਿਆਕਾਰੀ ਕੁੱਤਾ ਹੈ। ਸਟਾਰ ਕੈਨੇਡਾ ਟੀਵੀ ਲਈ ਬਿਊਰੋ ਰਿਪੋਰਟ।